ਅਮਰੀਕ ਸਿੰਘ ਹੈ। ਕੀ ਕਹੋਗੇ ਅਮਰੀਕ ਜੀ ਸਿਵਲ ਹਸਪਤਾਲ 'ਚ ਇਲਾਜ ਕਰਵਾਉਣਾ ਸੀ ਆਪਣੇ ਮਰੀਜ਼ ਦਾ, ਕੀ ਕਹੋਗੇ ਇਸ ਬਾਰੇ? ਵੀ ਉਰੇ ਵਧੀਆ ਇਲਾਜ ਹੋ ਰਿਹਾ ਜੀ ਸਾਡਾ ਤਾਂ, 3 ਦਿਨ ਹੋ ਗਏ ਸਾਨੂੰ, ਵਧੀਆ ਕੇਅਰ ਕਰਦੇ ਨੇ, ਦੇਖਭਾਲ ਹੁੰਦੀ ਹੈ ਵਧੀਆ। ਉਹਨਾਂ ਦਾ ਧੰਨਵਾਦ ਜੀ ਮੁੱਖ ਮੰਤਰੀ ਸਾਹਿਬ ਦਾ, ਉਹਨਾਂ ਨੇ ਵਧੀਆ ਬਣਾਇਆ ਜੀ। ਦੇਖੋ ਜੀ, ਸਿਵਲ ਹਸਪਤਾਲ ਦੇ ਵਿੱਚ ਕੁਛ ਕਮੀਆਂ ਕਾਫੀ ਸੀਗੀਆਂ, ਕਾਫੀ ਪਹਿਲਾਂ ਨਾਲੋਂ ਠੀਕ ਕੀਤੀਆਂ ਗਈਆਂ ਨੇ। ਹੁਣ ਸੰਭਾਵਨਾ ਇਹ ਬਣਦੀ ਹੈ ਵੀ ਸਰਕਾਰ ਨੇ ਜੋ ਥੀਮ ਲੈ ਕੇ ਚੱਲੀ ਸੀਗੀ ਵੀ ਸਿਹਤ ਸਹੂਲਤਾਂ ਅਤੇ ਐਜੂਕੇਸ਼ਨ ਨੂੰ ਲੈ ਕੇ, ਵੀ ਹੁਣ ਸਿਹਤ ਸਹੂਲਤਾਂ ਪ੍ਰਤੀ ਕੁਛ ਫਰਕ ਪੈਣ ਲੱਗ ਗਿਆ ਜੀ। ਮੈਨੂੰ ਲੱਗਦਾ ਸਰਕਾਰ ਦੇ ਪਹਿਲੇ ਸਾਲ 'ਚ ਫਰਕ ਪਿਆ ਗਾ, ਆਉਣ ਵਾਲੇ ਟਾਈਮ 'ਚ ਵੀ ਫਰਕ ਪਊਗਾ। ਜਿਵੇਂ ਹੁਣ ਕੁਛ ਲੈਬ ਦਾ ਵਿਸਥਾਰ ਹੋ ਰਿਹਾ, ਉਹਦੇ ਵਿੱਚ ਕੋਈ ਜ਼ਰੂਰੀ ਮਸ਼ੀਨਾਂ ਉਹਨਾਂ ਵਾਸਤੇ ਵੀ ਕਹਿੰਦੇ ਵੀ ਜਲਦੀ ਆ ਜਾਣਗੀਆਂ, ਜਿੰਨੇ ਕੁ ਡਾਕਟਰਾਂ ਨਾਲ ਗੱਲ ਹੋਈ ਹੈਗੀ। ਔਰ ਕੁਛ ਮਰੀਜ਼ ਵੀ ਜਿਹੜੇ ਕਹਿੰਦੇ ਆ ਪਹਿਲਾਂ ਨਾਲ ਕੁਛ ਫਰਕ ਹੈਗਾ, ਮਿਲਿਆ ਅਤੇ ਦਵਾਈਆਂ ਦਾ ਦਵਾਈਆਂ ਮਿਲਣ ਲੱਗ ਗਈਆਂ, ਪ੍ਰੋਪਰ ਇਲਾਜ ਜਿਹੜਾ ਪ੍ਰੋਪਰ ਉਸ ਢੰਗ ਨਾਲ, ਡਾਕਟਰ ਵੀ ਤਕਰੀਬਨ ਕਾਫੀ ਹੱਦ ਤੱਕ ਆ ਗਏ। ਬਿਲਕੁਲ ਠੀਕ ਗੱਲ ਹੈ ਤੁਹਾਡੀ ਕਿ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਕਮੀ ਹੈ। ਸਾਡੇ ਸਤਿਕਾਰਯੋਗ ਮੁੱਖ ਮੰਤਰੀ ਜੀ ਦਾ ਹਲਕਾ ਇਹ, ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਵੀ ਨੇ, ਪਰ ਮੈਨੂੰ ਇਹ ਲੱਗ ਰਿਹਾ ਕਿ ਜਿੱਦਾਂ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਡਿਵੈਲਪਮੈਂਟ ਕਰਨ 'ਤੇ ਲੱਗੇ ਹੋਏ ਨੇਗੇ, ਉਸ ਗੱਲ ਨੂੰ ਲੈ ਕੇ ਜਿਵੇਂ ਅਗਲਾ ਕਹਿੰਦਾ ਵੀ ਕੋਈ ਗੱਲ ਨਹੀਂ ਪਹਿਲਾਂ ਅਸੀਂ ਸ਼ਹਿਰ ਸਾਫ ਕਰ ਲਈਏ ਫਿਰ ਮੁਹੱਲੇ, ਆਪਣਾ ਘਰ ਬਾਅਦ 'ਚ ਸਾਫ ਕਰਦਾ ਕਈ ਵਾਰੀ ਜਿਹੜਾ ਵੱਡਾ ਲੀਡਰ ਹੈ। ਅਤੇ ਮੈਨੂੰ ਇਹ ਲੱਗਦਾ ਕਿ ਧੂਰੀ ਦਾ ਨੰਬਰ ਆ ਰਿਹਾ, ਜਿੱਦਾਂ ਹੁਣ ਧੂਰੀ ਨੂੰ ਗ੍ਰਾਂਟਾਂ ਬਹੁਤ ਸਾਰੀਆਂ ਮਿਲੀਆਂ ਨੇ, ਸ਼ਹਿਰ ਨੂੰ ਬਹੁਤ ਗ੍ਰਾਂਟਾਂ ਮਿਲੀਆਂ ਨੇ, ਪਿੰਡਾਂ ਨੂੰ ਬਹੁਤ ਗ੍ਰਾਂਟਾਂ ਮਿਲੀਆਂ ਨੇ, ਹੁਣ ਹਸਪਤਾਲ ਦਾ ਨੰਬਰ ਆਊਗਾ। ਸਾਨੂੰ ਪੂਰਾ ਯਕੀਨ ਹੈ ਕਿ ਜਿੱਦੇ ਮਾਨ ਸਾਹਿਬ ਦੀ ਨਿਗਾਹ ਚੜ੍ਹ ਗਿਆ ਇਹ ਕੰਮ, ਤਾਂ ਉਹਨਾਂ ਨੇ ਇੱਕ ਮਿੰਟ 'ਚ, ਉਹਨਾਂ ਨੇ ਕਿਹੜਾ ਕਿਸੇ ਨੂੰ ਪੁੱਛ ਕੇ ਔਡਰ ਕਰਨੇ ਨੇ, ਉਹਨਾਂ ਨੇ ਤੁਰੰਤ ਔਡਰ ਕਰਨੇ ਨੇ। ਅਤੇ ਕੁਛ ਬਦਲੀਆਂ ਵੀ ਹੋਈਆਂ ਨੇ, ਸਾਨੂੰ ਉਮੀਦ ਕਰਦੇ ਹਾਂ ਅਸੀਂ ਉਹਨਾਂ ਤੋਂ। ਇੱਥੇ ਜੋ ਕਮੀਆਂ ਨੇ ਜਿੱਦਾਂ ਅਲਟਰਾਸਾਊਂਡ ਮਸ਼ੀਨ ਦੀ ਕਮੀ ਹੈ, ਉਹ ਵੀ ਅਸੀਂ ਦੂਰ ਕਰਵਾਵਾਂਗੇ। ਮਾਨ ਸਾਹਿਬ ਦੇ ਧਿਆਨ 'ਚ ਇਹ ਮਸਲਾ ਲਿਆ ਰਹੇ ਹਾਂ ਅਤੇ ਉਹ ਯਤਨਸ਼ੀਲ ਨੇ। ਜਦੋਂ ਵੀ ਓਂਕਾਰ ਸਿੰਘ ਜੀ ਨਾਲ ਗੱਲ ਕਰਦੇ ਹਾਂ, ਇੱਥੇ ਜੋ OSD ਨੇ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਦੇ, ਉਹ ਵੀ ਕਹਿ ਰਹੇ ਨੇ ਕਿ ਮੈਨੂੰ ਲਿਸਟਾਂ ਬਣਾ ਕੇ ਦਿਓ ਕਿ ਕਿਹੜੇ ਕਿਹੜੇ ਸਿਸਟਮ 'ਚ ਸਾਡੇ ਕੀ ਕਮੀ ਹੈ। ਬਾਕੀ ਇੱਥੇ ਡਾਕਟਰ ਅਖਤਰ ਆਏ ਨੇ, SMO ਨਵੇਂ, ਉਹ ਵੀ ਇੱਕ ਕੁਸ਼ਲ ਪ੍ਰਬੰਧਕ ਵਜੋਂ ਜਾਣੇ ਜਾਂਦੇ ਨੇ, ਪੁਰਾਣਾ ਤਜਰਬਾ ਐਕਸਪੀਰੀਅੰਸ ਹੈ। ਜਿੱਥੇ ਕਿਤੇ ਅੱਜ ਜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਲਿਆਂਦਾ ਇੱਥੇ, ਤਾਂ ਉਹਨਾਂ ਨੂੰ 2 ਦਿਨ ਹੋਏ ਨੇ ਇੱਥੇ ਆਇਆਂ ਨੂੰ, ਉਹਨਾਂ ਦੇ ਆਉਣ ਨਾਲ ਵੀ ਸਿਵਲ ਹਸਪਤਾਲ ਵਿੱਚ ਕਾਫੀ ਸੁਧਾਰ ਹੋਣਗੇ, ਇਹ ਉਮੀਦ ਮੈਂ ਕਰਦਾ। ਧੰਨਵਾਦ। ਮੈਨੂੰ ਉਹਦਾ ਸਵਾਲ ਨਾਲ ਬੜੀ ਖੁਸ਼ੀ ਹੋ ਰਹੀ ਹੈ ਸਰ, ਮੈਂ CM ਸਾਹਿਬ ਦੇ ਕੰਸਟੀਚੁਐਂਸੀ 'ਚ ਕੰਮ ਕਰਨਾ ਆ। ਮੇਰੀ ਇਹੀ ਕੋਸ਼ਿਸ਼ ਹੈ ਕਿ ਸਰ ਲੋਕਾਂ ਨੂੰ 100% ਫੈਸਿਲਿਟੀ ਜੋ ਇੱਥੇ ਅਵੇਲੇਬਲ ਨੇ, ਜਾਂ ਗੌਰਮੈਂਟ ਦੀਆਂ ਜੋ ਵੀ ਸਰ ਸਕੀਮਾਂ ਨੇ, ਗੌਰਮੈਂਟ ਕੋਲੋਂ ਜੋ ਵੀ ਸੁਵਿਧਾ ਲੋਕਾਂ ਲਈ ਅਵੇਲੇਬਲ ਹੈ, ਤਾਂ 100% ਲੋਕਾਂ ਨੂੰ ਦਿੱਤੀ ਜਾਵੇ। ਸਰ ਮੈਂ ਪੂਰਾ ਵਰਕਅਪ ਕੀਤਾ ਹੈ, ਪੂਰੇ ਹੋਸਪਿਟਲ ਦੇ ਵਿੱਚ 5-6 ਸਪੈਸ਼ਲਿਸਟ ਡਾਕਟਰਾਂ ਦੀ ਕਮੀ ਹੈ, 2-3 EMO ਦੀ ਰਿਕੁਆਇਰਮੈਂਟ ਹੈ, ਕੁਛ ਹੋਰ ਲੈਬੋਰਟਰੀ ਟੈਕਨੀਸ਼ੀਅਨਸ, ਸਟਾਫ ਨਰਸਿਸ ਦੀ ਸ਼ੋਰਟੇਜ ਹੈ, ਉਹ ਮੈਂ ਵਰਕਅਪ ਕਰ ਰਿਹਾ ਅਤੇ ਉਹਦਾ ਪੂਰੀ ਚਿੱਠੀ ਤਿਆਰ ਕਰਕੇ ਮੈਂ ਸੀਨੀਅਰ ਅਧਿਕਾਰੀਆਂ ਦੇ ਬੜੀ ਜਲਦੀ ਨੋਟਿਸ 'ਚ ਲੈ ਕੇ ਆ ਰਿਹਾ, ਅਤੇ ਹੋਪਫੁਲੀ ਉਹਨਾਂ ਦੇ ਕੋਸ਼ਿਸ਼ ਸਦਕਾ ਅਸੀਂ ਜਲਦੀ ਪੂਰੀ ਕਰ ਲਾਂਗੇ। ਆਯੁਸ਼ਮਾਨ ਕਾਰਡ ਬਾਰੇ ਗੱਲ ਕੀਤੀ ਹੈ ਵੀ, ਤਾਂ ਜਿਹੜੇ ਲੋਕ ਮਰੀਜ਼ ਨੇ ਜ਼ਰੂਰਤਮੰਦ ਲੋਕ ਹਨ, ਉਹਨਾਂ ਦਾ ਇਲਾਜ ਕੀਤਾ? ਸਰ ਆਯੁਸ਼ਮਾਨ ਕਾਰਡ ਦੀ ਫੈਸਿਲਿਟੀ ਸਾਡੇ ਕੋਲ ਪੂਰੀ ਅਵੇਲੇਬਲ ਹੈ, ਜਿਹੜੇ ਵੀ ਪੇਸ਼ੈਂਟ ਆਉਂਦੇ ਨੇ ਉਹਨਾਂ ਨੂੰ ਪੂਰੀ ਫੈਸਿਲਿਟੀ ਦਿੱਤੀ ਜਾਂਦੀ ਹੈ, ਫ੍ਰੀ ਆਫ ਕੋਸਟ ਟ੍ਰੀਟਮੈਂਟ ਕੀਤਾ ਜਾਂਦਾ। ਸਰਕਾਰੀ ਅਧਿਕਾਰੀਆਂ ਨੂੰ, ਕਰਮਚਾਰੀਆਂ ਨੂੰ ਤੁਹਾਡੇ ਵੱਲੋਂ ਕੀ ਹਦਾਇਤਾਂ? ਸਰ ਗੌਰਮੈਂਟ ਦੀ, ਜਿਵੇਂ ਗੌਰਮੈਂਟ ਦੀ ਪੋਲਿਸੀ ਹੈ CM ਸਾਹਿਬ ਦੀ, 0 ਟੋਲਰੈਂਸ ਫਾਰ ਕਰਪਸ਼ਨ, ਰੈਗੂਲਰਿਟੀ, ਡਿਸਿਪਲਿਨਰੀ, ਵਿਦਇਨ ਡਿਸਿਪਲਿਨ ਸਰ, ਰੈਗੂਲਰਿਟੀ।